ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਸਾਰਿਆਂ ਦਾ। ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਮੇਰਾ ਨਾਮ ਹੈ ਰਵੀ ਅਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ। ਅਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਆਏ ਜੀ, ਜਿਹਦੇ ਵਿੱਚ ਗੱਡੀਆਂ ਨੇ ਅਤੇ ਟਰਾਲੀ ਹੈ ਅਤੇ ਟਰੈਕਟਰ ਹੈ। ਅਤੇ ਬਾਕੀ ਤੁਸੀਂ ਸਾਰੀ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਜੀ ਕਿਹੜੀ ਕਿਹੜੀ ਗੱਡੀਆਂ ਅਤੇ ਕਿਹੜਾ ਟਰੈਕਟਰ ਹੈ ਜੀ। ਅਤੇ ਵੀਡੀਓ ਸਾਰੀ ਦੇਖ ਕੇ ਜਾਣੀ ਆ ਭਾਅ ਜੀ, ਅਤੇ ਕਿਸੇ ਵੀ ਨੇ ਵਿਚਾਲੋਂ ਵੀਡੀਓ ਨਹੀਂ ਛੱਡਣੀ ਜੀ। ਅਤੇ ਸਭ ਤੋਂ ਪਹਿਲਾਂ ਦੇਖ ਰਹੇ ਹੋ ਤੁਸੀਂ ਟਰਾਲੀ ਹੈ ਜੀ, 11-6 ਦੀ ਟਰਾਲੀ ਹੈ, 2019 ਮਾਡਲ ਹੈ। ਅਤੇ 95,000 ਰੇਟ ਹੈ ਜੀ, 11-6 ਦੀ ਟਰਾਲੀ ਹੈ। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ, ਪੂਰੀ ਓਕੇ, ਪੂਰੀ ਨਵੀਂ ਹੈ ਜੀ, ਬਿੱਡ ਲੱਗੀ ਹੈ ਜੀ। ਅਤੇ ਸੁਨਾਮ ਇਹਨਾਂ ਦਾ ਏਰੀਆ ਹੈ, 50% ਟਾਇਰਾਂ ਦੀ ਕੰਡੀਸ਼ਨ ਹੈ। ਅਤੇ 9968-70.600 ਇਹਨਾਂ ਦਾ ਨੰਬਰ ਹੈ। ਅਤੇ ਜਿਹੜੇ ਵੀ ਦੀ ਟਰਾਲੀ ਹੈ ਉਹਨਾਂ ਦਾ ਨੰਬਰ ਹੈ ਜੀ। ਅਤੇ ਜਿਹੜੇ ਵੀ ਨੇ ਟਰਾਲੀ ਖਰੀਦਣੀ ਹੈ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਅਤੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਜੀ। ਅਤੇ ਪੂਰੀ ਹੈਵੀ ਟਰਾਲੀ ਹੈ ਜੀ, ਅਤੇ ਪੂਰੀ ਓਕੇ ਹੈ, ਵਧੀਆ ਕੰਡੀਸ਼ਨ ਦੀ ਹੈ, ਟਰਾਲੀ 'ਚ ਕੋਈ ਦਿੱਕਤ ਨਹੀਂ ਜੀ, ਅਤੇ ਪੂਰੀ ਨਵੀਂ ਹੈ ਜੀ। ਅਤੇ ਫੋਟੋਆਂ ਬਾਕੀ ਤੁਸੀਂ ਦੇਖ ਰਹੇ ਹੋ, ਅਤੇ ਟਾਇਰਾਂ ਵਾਲੀ ਦੇਖ ਲਓ ਜੀ ਤੁਸੀਂ, ਅਤੇ ਪੂਰੇ ਓਕੇ ਹੈ ਜੀ, ਅਤੇ ਕੋਈ ਦਿੱਕਤ ਨਹੀਂ ਟਰਾਲੀ 'ਚ, ਪੂਰੀ ਨਵੀਂ ਟਰਾਲੀ ਹੈ ਜੀ। ਅਤੇ ਕਿਸੇ ਵੀ ਨੇ ਟਰਾਲੀ ਖਰੀਦਣੀ ਹੋਵੇ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ, ਅਤੇ ਜਾਣਕਾਰੀ ਲੈ ਸਕਦੇ ਹੋ। ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਜਾ ਕੇ ਤੁਸੀਂ ਟਰਾਲੀ ਦੇਖ ਸਕਦੇ ਹੋ ਜੀ, ਅਤੇ ਪੂਰੀ ਵਧੀਆ ਕੰਡੀਸ਼ਨ ਦੀ ਟਰਾਲੀ ਹੈ, ਤੁਸੀਂ ਟਰਾਲੀ ਖਰੀਦ ਸਕਦੇ ਹੋ ਜੀ। ਅਤੇ ਆਪਣੇ ਚੈਨਲ 'ਤੇ ਆਹ ਐਡ ਜੀ 9/21/2019 ਨੂੰ ਅਪਲੋਡ ਹੋਈ ਹੈ, ਅਤੇ 1 ਮਹੀਨੇ ਦੇ ਅੰਦਰ ਹੀ ਫੋਨ ਕੀਤਾ ਜਾਵੇ ਜਿਵੇਂ ਕਿ ਆਪਾਂ ਦੱਸ ਦਿੰਦੇ ਹਾਂ। ਅਤੇ ਕਿਸੇ ਵੀਰ ਨੇ ਜੇ ਆਪਣੇ ਚੈਨਲ 'ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾਉਣੀ ਹੈ ਤਾਂ ਮੇਰਾ ਵਟਸਐਪ ਨੰਬਰ ਥੱਲੇ ਵਾਰ ਵਾਰ ਚਿੱਟੇ ਅੱਖਰਾਂ 'ਚ ਚੱਲ ਵੀ ਰਿਹਾ, ਅਤੇ ਨੰਬਰ ਹੈ ਜੀ ਮੇਰਾ 7692639488, ਮੇਰਾ ਵਟਸਐਪ ਨੰਬਰ ਹੈ। ਇਹਦੇ ਉੱਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ ਸਾਫ ਸੁਥਰੀਆਂ ਖਿੱਚ ਕੇ ਜੀ ਚਾਰੇ ਪਾਸਿਓਂ, ਅਤੇ ਮੈਨੂੰ ਸੈਂਡ ਕਰ ਦਿਓ ਜੀ। ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ 'ਤੇ ਲਗਾ ਦਾਂਗੇ, ਟਰੈਕਟਰ ਮੰਡੀ 'ਤੇ ਐਡ ਲੱਗ ਜੂਗੀ ਜੀ। ਅਤੇ ਜਦੋਂ ਐਡ ਭੇਜੋਗੇ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਜੀ ਉਹ ਸਾਰੀ ਭੇਜਣੀ ਹੈ, ਅਤੇ 1-2 ਚੀਜ਼ਾਂ ਨਹੀਂ ਭੇਜਣੀਆਂ ਜੀ। ਕਈ ਵਾਰ ਹੁੰਦੇ ਆ ਕਿ 1-2 ਚੀਜ਼ਾਂ ਭੇਜ ਦਿੰਦੇ ਆ, ਇੱਦਾਂ ਨਾ ਕਰਿਆ ਕਰੋ ਭਾਅ ਜੀ, ਸਾਰੀ ਜਿਹੜੀ ਜਾਣਕਾਰੀ ਹੁੰਦੀ ਆ ਉਹ ਸਾਰੀ ਭੇਜਿਆ ਕਰੋ। 6 ਚੀਜ਼ਾਂ ਜੀ ਆ ਜਿਹੜੇ ਖੱਟੇ ਅੱਖਰਾਂ 'ਚ ਸ਼ੋ ਹੋ ਰਹੀ ਹੈ ਸਕਰੀਨ 'ਤੇ, ਆਹ ਸਾਰੀ ਭੇਜਿਆ ਕਰੋ ਜੀ। ਅਤੇ ਜਿਹੜਾ ਰੇਟ ਆ ਉਹ ਮਾਰਕੀਟ ਦੇ ਹਿਸਾਬ ਨਾਲ ਲਾਇਆ ਕਰੋ ਜੀ, ਵਧਾ ਚੜ੍ਹਾ ਕੇ ਨਾ ਦੱਸਿਆ ਕਰੋ, ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਜੀ। ਅਤੇ ਹੁਣ ਤੁਸੀਂ ਦੇਖ ਰਹੇ ਹੋ ਅਲਟੋ LX ਦੇ 2007 ਮਾਡਲ ਹੈ ਜੀ, 75,000 ਡਿਮਾਂਡ ਹੈ ਜੀ, ਕੋਟਕਪੂਰਾ ਇਹਨਾਂ ਦਾ ਏਰੀਆ ਜੀ, ਨਵੇਂ ਟਾਇਰ ਹੈ। ਅਤੇ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 9612-60001। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ, ਅਤੇ ਰੰਗ ਪੂਰਾ ਸਾਫ ਹੈ, ਫੋਟੋਆਂ ਤੁਸੀਂ ਦੇਖ ਰਹੇ ਹੋ ਬਾਕੀ। ਅਤੇ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਸੋਹਣੀ ਗੱਡੀ ਪਈ ਹੈ ਜੀ, ਅਤੇ ਸੀਟ ਕਵਰ ਪੂਰੇ ਓਕੇ ਹੈ ਜੀ, ਅਤੇ ਮੈਟ ਵੀ ਪੂਰੇ ਵਧੀਆ ਪਏ ਹੈ ਜੀ, ਸੀਟ ਕਵਰਾਂ 'ਚ ਕੋਈ ਦਿੱਕਤ ਨਹੀਂ, ਕਿਸੇ ਪਾਸੋਂ ਪਾਟੇ ਪੁੱਟੇ ਜਾਂ ਕੋਈ ਵੀ ਦਿੱਕਤ ਹੈ ਨਹੀਂ ਜੀ, ਅਤੇ ਸਾਰੀ ਗੱਡੀ ਓਰਿਜਿਨਲ ਸੀਗੀ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਫਿਰ ਤੋਂ ਗੱਡੀ, ਅਤੇ ਵਿਸਟਾ ਗੱਡੀ ਹੈ ਜੀ, 2011 ਮਾਡਲ, 1,20,000 ਡਿਮਾਂਡ ਹੈ ਜੀ, ਚਮਕੌਰ ਸਾਹਿਬ ਇਹਨਾਂ ਦਾ ਏਰੀਆ, ਨਵੇਂ ਟਾਇਰ ਨੇ ਅਤੇ ਅਰਜੈਂਟ ਵੇਚਣੀ ਹੈ ਇਹਨਾਂ ਨੇ। ਅਤੇ ਨੰਬਰ ਹੈ ਜੀ ਇਹਨਾਂ ਦਾ 8697-87163। ਅਤੇ ਬਹੁਤ ਹੀ ਵਧੀਆ ਗੱਡੀ ਹੈ ਜੀ, ਅਤੇ ਫੋਟੋ ਬਾਕੀ ਤੁਸੀਂ ਦੇਖ ਰਹੇ ਹੋ, ਵਿਸਟਾ ਗੱਡੀ ਹੈ ਜੀ, 2011 ਮਾਡਲ, ਅਤੇ ਇੰਜਨ ਦੀ ਫੁੱਲ ਗਰੰਟੀ ਹੈ ਜੀ, ਕਿਸਾਨ ਵੀਰਾਂ ਵੱਲੋਂ, ਜਿਹੜੀ ਵੀਰ ਦੀ ਗੱਡੀ ਹੈ ਉਹਨਾਂ ਵੱਲੋਂ ਫੁੱਲ ਗਰੰਟੀ ਹੈ ਜੀ। ਅਤੇ ਗੱਡੀ ਪੂਰੀ ਵਧੀਆ ਜੀ, ਕੋਈ ਸਕ੍ਰੈਚ ਨਹੀਂ, ਕੋਈ ਡੈਂਟ ਨਹੀਂ, ਅਤੇ ਕੋਈ ਐਕਸੀਡੈਂਟ ਨਹੀਂ ਹੋਈ ਗੱਡੀ, ਅਤੇ ਪੂਰੀ ਜੈਨੂਅਨ ਗੱਡੀ ਹੈ ਜੀ, ਅਤੇ ਕਾਗਜ਼ ਪੱਤਰ ਪੂਰੇ ਓਕੇ ਹੈ ਜੀ, ਅਤੇ ਇੰਜਨ ਫੁੱਲ ਗਰੰਟੀ ਹੈ ਜੀ,
ਅਤੇ ਸਾਰਾ ਕੁਝ ਚੱਲਦਾ ਜੀ, ਹੀਟਰ ਏਸੀ ਸਾਰਾ ਕੁਛ ਪੂਰੀ ਚਾਲੂ ਹਾਲਤ 'ਚ ਹੈ ਜੀ। ਅਤੇ ਅੰਦਰੋਂ ਬਹੁਤ ਵਧੀਆ ਪਈ ਹੈ ਜੀ, ਸੀਟ ਕਵਰ ਪੂਰੇ ਓਕੇ ਪਏ ਹੈ। ਅਤੇ ਕੋਈ ਵੀ ਜਾਣਕਾਰੀ ਲੈਣੀ ਹੈ ਕਿਸਾਨ ਵੀਰ ਤੋਂ, ਜਿਹੜੇ ਵੀਰ ਦੀ ਗੱਡੀ ਹੈ, ਤਾਂ ਇਹਨਾਂ ਦਾ ਨੰਬਰ ਹੈ ਜੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਖੱਟੇ ਜਿਹੇ ਅੱਖਰਾਂ 'ਚ, ਅਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਲੈਣੀ ਹੈ ਕੋਈ ਵੀ ਕਾਗਜ਼ ਪੱਤਰ ਬਾਰੇ ਜਾਂ ਕੁਛ ਵੀ ਕਿਸੇ ਵੀ ਚੀਜ਼ ਬਾਰੇ, ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ। ਅਤੇ ਤੁਸੀਂ ਜਾ ਕੇ ਗੱਡੀ ਦੇਖ ਸਕਦੇ ਹੋ, ਟਰਾਈ ਲੈ ਕੇ ਦੇਖ ਸਕਦੇ ਹੋ ਜੀ, ਚਲਾ ਕੇ ਦੇਖ ਸਕਦੇ ਹੋ, ਅਤੇ ਪੂਰੀ ਤਸੱਲੀ ਕਰਕੇ ਆਪਦੀ ਤੁਸੀਂ ਗੱਡੀ ਫਿਰ ਖਰੀਦ ਸਕਦੇ ਹੋ ਜੀ। ਅਤੇ ਅੱਗੇ ਦੇਖ ਲਓ ਤੁਸੀਂ ਜੀਪ ਜੀ, 1983 ਮਾਡਲ ਹੈ, ਬਹੁਤ ਪੁਰਾਣੀ ਜੀਪ ਹੈ ਜੀ, ਅਤੇ 87,000 ਡਿਮਾਂਡ ਹੈ ਜੀ ਇਹਦੀ। ਜੈਤੋ ਇਹਨਾਂ ਦਾ ਏਰੀਆ, 55% ਟਾਇਰਾਂ ਦੀ ਕੰਡੀਸ਼ਨ, 98-157-075-74 ਇਹਨਾਂ ਦਾ ਨੰਬਰ ਹੈ। ਜਿਹੜੇ ਵੀਰ ਦੀ ਗੱਡੀ ਆ, ਮਤਲਬ ਜੀਪ ਹੈ, ਤਾਂ ਉਹਨਾਂ ਦਾ ਨੰਬਰ ਹੈ ਜੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਖੱਟੇ ਜਿਹੇ ਅੱਖਰਾਂ 'ਚ, ਅਤੇ ਬਾਕੀ ਸਾਰੀ ਵੀ ਜਾਣਕਾਰੀ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਜੀ, ਅਤੇ ਬਾਕੀ ਮੈਂ ਦੱਸਤੀ ਜੀ। ਅਤੇ ਗੱਡੀ ਦੇਖ ਲਓ ਤੁਸੀਂ, ਅਤੇ ਬਹੁਤ ਹੀ ਵਧੀਆ ਜੀ। ਅਤੇ ਕਿਸੇ ਵੀ ਨੇ ਜੇ ਕੋਈ ਵੀਰ ਸ਼ੌਂਕ ਰੱਖਦਾ ਪੁਰਾਣੀ ਜੀਪ ਦਾ, ਤਾਂ ਗੱਡੀ ਲੈ ਕੇ ਹਾਜ਼ਰ ਹਾਂ ਜੀ, ਜਾਂ ਕਿਸੇ ਵੀਰ ਨੇ ਕਿਸੇ ਕੰਮ ਵਾਸਤੇ ਚਾਹੀਦੀ ਹੈ, ਤਾਂ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਹੈ ਜੀ, ਅਤੇ ਇੰਜਣ ਪੂਰਾ ਓਕੇ ਹੈ ਜੀ, ਪੂਰਾ ਵਧੀਆ ਕੰਡੀਸ਼ਨ ਹੈ ਇੰਜਣ ਦਾ, ਅਤੇ ਕੋਈ ਦਿੱਕਤ ਨਹੀਂ ਜੀਪ 'ਚ, ਅਤੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ। ਬਹੁਤ ਹੀ ਵਧੀਆ ਪਈ ਹੈ ਜੀ ਜੀਪ, ਅਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ, ਅਤੇ ਚਲਾਉਣ 'ਚ ਕੋਈ ਦਿੱਕਤ ਨਹੀਂ, ਅਤੇ ਤੁਸੀਂ ਜੀਪ ਖਰੀਦ ਸਕਦੇ ਹੋ ਜੀ। ਅਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਜੈਤੋ ਇਹਨਾਂ ਦਾ ਏਰੀਆ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਟਰੈਕਟਰ, ਆਈਸ਼ਰ ਟਰੈਕਟਰ ਹੈ, 485, ਅਤੇ 2013 ਮਾਡਲ ਹੈ, 1,95,000 ਡਿਮਾਂਡ ਹੈ ਜੀ। ਹਿਸਾਰ ਇਹਨਾਂ ਦਾ ਏਰੀਆ, 65% ਟਾਇਰਾਂ ਦੀ ਕੰਡੀਸ਼ਨ ਪਈ ਹੈ। ਨੰਬਰ ਹੈ ਜੀ ਇਹਨਾਂ ਦਾ 70-884-29-731, ਅਤੇ ਜਿਹੜੇ ਵੀ ਇਹਦਾ ਟਰੈਕਟਰ ਆ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ। 65% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ, ਪੂਰਾ ਓਕੇ ਟਰੈਕਟਰ ਹੈ, ਸਾਰਾ ਕੁਛ ਚੱਲਦਾ ਜੀ, ਅਤੇ ਛੱਤਰੀ ਲੱਗੀ ਹੈ, ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ, ਰੰਗ ਪੂਰਾ ਸਾਫ਼ ਹੈ, ਅਤੇ ਇੰਜਨ ਦੀ ਫੁੱਲ ਗਰੰਟੀ ਹੈ ਵੀਰਾਂ ਵੱਲੋਂ, ਅਤੇ ਕੋਈ ਦਿੱਕਤ ਨਹੀਂ ਟਰੈਕਟਰ 'ਚ, ਅਤੇ ਕਾਗਜ਼ ਪੱਤਰ ਪੂਰੇ ਓਕੇ ਹੈ ਜੀ। ਅਤੇ ਕਿਸੇ ਵੀਰ ਨੇ ਖਰੀਦਣਾ ਹੋਵੇ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਅਤੇ ਸਹੀ ਥਾਂ ਪੁੱਛ ਕੇ ਜਾ ਸਕਦੇ ਹੋ, ਅਤੇ ਟਰੈਕਟਰ ਨੂੰ ਦੇਖ ਸਕਦੇ ਹੋ ਜੀ, ਚਲਾ ਕੇ ਦੇਖ ਸਕਦੇ ਹੋ, ਅਤੇ ਤੁਸੀਂ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ। ਅਤੇ ਵੀਡੀਓ ਨੂੰ ਪਿਆਰ ਦੇਣ ਲਈ ਇੰਨਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਚੈਨਲ ਨੂੰ ਸਪੋਰਟ ਕਰਦੇ ਹੋ। ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜਦੋਂ ਵੀ ਵੀਡੀਓ ਪਾਉਣਾ ਹੈ ਤਾਂ ਉਹਨੂੰ ਸ਼ੇਅਰ ਮਾਰ ਦਿਆ ਕਰੋ ਜੀ ਵੱਧ ਤੋਂ ਵੱਧ, ਅਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ। ਥੱਲੇ ਇੱਕ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਉਹਨੂੰ ਦਬਾ ਦਿਓ, ਇੱਕ ਘੰਟੀ ਦਾ ਬਟਨ ਹੋਊ ਉਹਨੂੰ ਦਬਾ ਦਿਓ। ਇਹਨਾਂ ਦਾ ਫਾਇਦਾ ਇਹ ਹੋਊਗਾ ਜੀ, ਜਦੋਂ ਮੈਂ ਕੋਈ ਨਵੀਂ ਵੀਡੀਓ ਪਾਵਾਂ ਤਾਂ ਉਹਦਾ ਮੈਸੇਜ ਜਿਹੜਾ ਤੁਹਾਡੇ ਕੋਲ ਤੁਰਤ ਪੈਰ ਚਲਿਆ ਜਾਊਗਾ ਜੀ। ਅਤੇ ਤੁਹਾਡੇ ਕਰਕੇ ਕਰੀਦਾ ਜੀ ਸਾਰਾ ਕੁਛ ਕਿ ਕਿਸਾਨ ਵੀਰਾਂ ਦਾ ਫਾਇਦਾ ਹੋ ਜਾਵੇ ਜੀ। ਅਤੇ ਤੁਹਾਨੂੰ ਪਤਾ ਅੱਜ ਕੱਲ੍ਹ ਡੀਲਰ ਕਿੰਨੇ ਕਿੰਨੇ ਕਮਿਸ਼ਨ ਲੈ ਲੈਂਦੇ ਆ, ਕਿਸੇ ਵੀ ਮਸ਼ੀਨਰੀ ਖਰੀਦਣੀ ਹੋਵੇ ਤੁਸੀਂ ਉਹਨਾਂ 'ਚੋਂ, ਅਤੇ ਉਹ ਕਿਸਾਨ ਵੀਰਾਂ 'ਚੋਂ ਨਿਕਲਦਾ ਜੀ, ਅਤੇ ਧੱਕਾ ਲੱਗ ਜਾਂਦਾ ਕਿਸਾਨ ਵੀਰ ਨੂੰ, ਵੱਧ ਪੈਸੇ ਦੇਣੇ ਪੈਂਦੇ ਆ ਕਿਸਾਨ ਵੀਰ 'ਚੋਂ ਨਿਕਲਦੇ ਆ ਉਹ ਵੀ। ਅਤੇ ਤਾਂ ਹੀ ਕਰਕੇ ਆਪਾਂ ਚੈਨਲ ਚਲਾਇਆ ਸੀਗਾ ਜੀ ਕਿ ਤੁਹਾਡੀ ਸਿੱਧੀ ਡੀਲ ਕਰਾਈ ਜਾਵੇ ਜੀ,
ਕਿਸਾਨ ਵੀਰ ਨਾਲ ਹੈ, ਅਤੇ ਜਿਹੜੇ ਵੀ ਇਹਦੀ ਵੀ ਕੋਈ ਮਸ਼ੀਨਰੀ ਹੁੰਦੀ ਹੈ, ਗੱਡੀ ਹੁੰਦੀ ਹੈ ਜਾਂ ਕੋਈ ਵੀ ਸੰਦ ਹੁੰਦਾ, ਰੋਟਾਵੀਟਰ ਟਰਾਲੀ, ਤਾਂ ਉਹਨਾਂ ਨਾਲ ਸਿੱਧੀ ਗੱਲ ਕਰਾਈ ਦੀ ਜੀ। ਇਹਦੇ ਵਿੱਚ ਕੋਈ ਡੀਲਰ ਦੀ ਗੱਡੀ ਨਹੀਂ ਹੁੰਦੀ, ਨਾ ਕੋਈ ਕਿਸੇ ਦਾ ਕਮਿਸ਼ਨ ਹੁੰਦਾ ਜੀ, ਨਾ ਕੋਈ ਸਾਡਾ ਕਮਿਸ਼ਨ ਹੁੰਦਾ, ਬਿਲਕੁਲ ਫਰੀ ਦੇ ਵਿੱਚ ਕੰਮ ਕਰੀਦਾ ਜੀ, ਅਤੇ ਬਿਲਕੁਲ ਫਰੀ ਦੇ ਵਿੱਚ ਐਡ ਲਾਈ ਦੀ ਹੈ ਜੀ, ਅਤੇ ਕਿਸੇ ਵੀ ਤੋਂ ਕੋਈ ਕਮਿਸ਼ਨ ਨਹੀਂ ਲੈਂਦੇ, ਕੋਈ ਖਰਚਾ ਨਹੀਂ ਲੈਂਦੇ, ਅਤੇ ਨਾ ਹੀ ਕੋਈ ਪੈਸਾ ਲਈਦਾ ਜੀ, 1 ਰੁਪਿਆ ਵੀ ਨਹੀਂ ਲੈਂਦੇ ਕਿਸੇ ਵੀਰ ਤੋਂ, ਬਿਲਕੁਲ ਫਰੀ ਦੇ ਵਿੱਚ ਸਾਰਾ ਕੁਛ ਕੰਮ ਕਰੀਦਾ ਜੀ। ਅਤੇ ਤੁਸੀਂ ਇੱਕ ਕੰਮ ਕਰ ਦਿਆ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ, ਅਤੇ ਘੰਟੇ ਦਾ ਬਟਨ ਦਬਾ ਦਿਆ ਕਰੋ, ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ ਜੀ, ਅਤੇ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ, i20 ਗੱਡੀ ਹੈ ਜੀ, 2014 ਮਾਡਲ ਹੈ, 3,30,000 ਡਿਮਾਂਡ ਹੈ ਜੀ, ਅਤੇ ਬਾਕੀ ਜਾਣਕਾਰੀ ਸਾਰੀ ਦਿੱਤੀ ਹੈ ਜੀ ਸਕਰੀਨ 'ਤੇ। ਅਤੇ ਜਿਹੜੇ ਵੀ ਨੇ ਗੱਡੀ ਲੈਣੀ ਹੈ ਤਾਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਜੀ, ਅਤੇ ਕੋਈ ਵੀ ਜਾਣਕਾਰੀ ਲੈਣੀ ਹੈ ਕਾਗਜ਼ ਪੱਤਰ ਬਾਰੇ ਜਾਂ ਕੋਈ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਜਾਣਕਾਰੀ ਲੈ ਸਕਦੇ ਹੋ ਜੀ, ਅਤੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ, ਗੱਡੀ ਜਾ ਕੇ ਦੇਖ ਕੇ ਆ ਸਕਦੇ ਹੋ ਜੀ ਤੁਸੀਂ, ਦੇਖ ਕੇ ਅਤੇ ਪੂਰੀ ਤਸੱਲੀ ਕਰਕੇ, ਅਤੇ ਸਾਰਾ ਇੰਜਣ ਉਂਜਣ ਦੇਖ ਕੇ ਜੀ, ਸਟਾਰਟ ਕਰਕੇ ਚਲਾ ਕੇ, ਲਾਈਟਾਂ ਲੂਟਾਂ ਸਾਰਾ ਕੁਝ ਦੇਖ ਕੇ ਜੀ, ਕਾਗਜ਼ ਪੱਤਰ ਅਤੇ ਆਪਦੀ ਮਨ ਦੀ ਪੂਰੀ ਤਸੱਲੀ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ। ਅਤੇ ਚੈਨਲ ਨੂੰ ਸਪੋਰਟ ਰੱਖਿਆ ਕਰੋ ਜੀ, ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ, ਅਤੇ ਇੱਦਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਹੈ, ਅਤੇ ਜੁੜੇ ਰਹੋ ਆਪਣੇ ਚੈਨਲ ਨਾਲ, ਅਤੇ ਖੁਸ਼ ਰਹੋ ਜੀ।